ਬਾਲਕ ਦੀ ਕਿੰਨੀ ਕੁ ਬਚਤ ਹੋ ਜਾਂਦੀ ਹੈ ਪੈਸਿਆਂ ਵਜੋਂ? 2-2.5 ਲੱਖ ਰੁਪਏ ਦੀ ਬਚਤ ਹੋ ਜਾਂਦੀ ਹੈ ਜੀ। ਅੱਛਾ ਵੀਰੇ, ਹਾਂਜੀ, ਕੀ ਬਾਤ ਹੈ ਯਾਰ, ਬਹੁਤ ਮੋਟੀ ਬਚਤ ਹੋ ਜਾਂਦੀ ਹੈ ਭਰਾ ਜੀ। ਤੇ ਹਾਂਜੀ, ਜਿਹੜੀ ਗਾਰੇ ਚ ਪਈ ਹੈ, ਹਾਂਜੀ, ਇਹਦੇ ਜੀ ਠੰਡੀ ਰਹੂ ਗਰਮੀ ਚ, ਠੀਕ ਹੈ ਜੀ, ਮਜ਼ਬੂਤੀ ਉਨੀ ਆ, ਮਜ਼ਬੂਤੀ ਉਨੀ ਆ। ਵੀ ਜਿਵੇਂ ਆਪਾਂ ਹੁਣ ਇਹ ਚ ਪਾਈਪਾਂ ਵਗੈਰਾ, ਜਿਵੇਂ ਪਲੰਬਿੰਗ ਦਾ ਕੰਮ ਕਰਾਉਣਾ ਜਾਂ ਬਿਜਲੀ ਦਾ ਕੰਮ ਕਰਾਉਣਾ ਹੈਗਾ, ਉਹਦੇ ਚ ਤਾਂ ਮਜ਼ਬੂਤੀ ਜਿਵੇਂ ਜੈਂਪ ਜਿੰਨੇ ਦਿੱਤਾ ਜੀ, ਜੈਂਪ ਨਾਲ ਇੱਟ ਲੈ ਜੀ ਜੀ, ਪ੍ਰੈਸ਼ਰ ਪੈਂਦਾ ਰਿਹਾ ਟੁੱਲੂ ਪੰਪ ਦਾ, ਠੀਕ ਹੈ ਜੀ, ਗਾਰਾ ਨਹੀਂ ਨਿਕਲਿਆ ਕਾਰਨ ਜੀ ਹੁਣ, ਠੀਕ ਹੈ ਜੀ। ਇਹਦੀ ਲੇਬਰ ਆਈ ਦੀ 5,76,000 ਲੇਬਰ। ਅੱਛਾ, 5,76,000 ਇਹਦੀ ਲੇਬਰ। ਪਲਸਤਰ ਫਿਰ ਸਾਰੇ ਦਾ ਸਾਰਾ ਜਿਵੇਂ ਤੁਸੀਂ ਚਣਾਈ ਤੋਂ ਬਾਅਦ ਪਲਸਤਰ ਕੀਤਾ ਹੈਗਾ ਜੀ, ਕੋਈ ਇਹਦੇ ਚ ਐਂ ਤਾਂ ਨਹੀਂ ਹੈਗਾ ਵੀ ਕਿਸੇ ਕਿਸਮ ਦੀ ਪਲਸਤਰ ਦੀ ਸਫਾਈ ਉਨੀ ਨਾ ਆਉਂਦੀ ਹੋਵੇ, ਕਿਉਂਕਿ ਆਪਾਂ ਨੇ ਚਣਾਈ ਗਾਰੇ ਚ ਕੀਤੀ ਆ, ਉਦਾਂ ਦਾ ਕੋਈ ਇਹ ਚ ਪ੍ਰੋਬਲਮ ਨਾ ਜੀ? ਸੈਨਿਕ ਦੂਈ ਵੱਧ ਆਉਂਦੀ ਆ। ਲਓ ਵੀ ਮਿੱਤਰੋ, ਜੋ ਤੁਸੀਂ ਵੀਡੀਓ ਦੇ ਵਿੱਚ ਆ ਕੋਠੀ ਦੇਖ ਰਹੇ ਹੋ, ਇਹ ਬਾਹਰੋਂ ਦੇਖਣ ਨੂੰ ਲੱਗਦੀ ਆ ਜਿਵੇਂ 4,500-5,000 ਸਕੁਅਰ ਫੀਟ ਦੇ ਵਿੱਚ ਬਣੀ ਹੋਵੇ, ਤੇ ਦੇਖਣ ਨੂੰ ਐ ਵੀ ਲੱਗਦਾ ਕਿ ਵੀ ਇਹਦੇ ਉੱਤੇ ਬਣਾਉਣ ਦੇ ਉੱਤੇ ਖਰਚਾ 35-40 ਲੱਖ ਰੁਪਇਆ ਆ ਗਿਆ ਹੋਊਗਾ, ਪਰ ਇਹ ਦੋਵੇਂ ਚੀਜ਼ਾਂ ਇਹਦੇ ਬਿਲਕੁਲ ਉਲਟ ਨੇ। ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ ਇਹਦੀ ਚਣਾਈ ਦੇ ਵਿੱਚ, ਕੋਠੀ ਦੇ ਵਿੱਚ ਬਿਲਕੁਲ ਵੀ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ। ਆਪਾਂ ਅੱਗੇ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਵੀ ਸੀਮਿੰਟ ਦੀ ਥਾਂ ਤੇ ਕਿਹੜਾ ਮਟੀਰੀਅਲ ਵਰਤਿਆ, ਤੇ ਅੱਗੇ ਜਾ ਕੇ ਆਪਾਂ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦੱਸਾਂਗੇ ਵੀ ਇਹ ਕੋਠੀ ਦੇ ਉੱਤੇ ਕਿੰਨਾ ਖਰਚਾ ਆਏਗਾ। ਸੋ ਵੀਡੀਓ ਦੇ ਨਾਲ ਜੁੜੇ ਰਹੋ। ਸੋ ਹਾਂਜੀ ਦੋਸਤੋ, ਹੁਣ ਆਪਾਂ ਗੱਲ ਕਰਾਂਗੇ ਇਸ ਕੋਠੀ ਦੇ ਮਾਲਕ ਅਮਰਜੀਤ ਸਿੰਘ ਬਾਪੂ ਜੀ ਨਾਲ, ਤੇ ਉਹਨਾਂ ਤੋਂ ਜਾਣਾਂਗੇ ਇਸ ਕੋਠੀ ਦੀ ਸਾਰੀ ਜਾਣਕਾਰੀ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਠੀਕ ਠਾਕ ਹੋ ਜੀ? ਬਾਪੂ ਜੀ ਕੀ ਗੱਲ ਇਹ ਸੱਚ ਹੈ ਕਿ ਵੀ ਆਪਾਂ ਨੇ ਇਸ ਕੋਠੀ ਦੇ ਵਿੱਚ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਜੀ ਚਣਾਈ ਦੇ ਕੰਮ ਦੇ ਵਿੱਚ? ਬਹੁਤ ਹੀ ਜ਼ਿਆਦਾ ਕਾਲੀ ਮੈਂ ਪੀੜ ਕੇ ਮਿੱਟੀ 'ਚ ਪਾਈ ਹੈ ਇਹ ਸੀਮਿੰਟ, ਤਾਂ ਉੱਥੇ ਹੀ ਲਾਇਆ ਜਿੱਥੇ ਕੋਈ ਬੀਮ ਬੰਨਣਾ ਜਾਂ ਗਲਾਈ ਬਣਾਈ ਹੈ ਜਾਂ ਮੋਰੀ ਦੇ ਲੈਟਰ ਨੇ, ਠੀਕ ਹੈ ਜੀ, ਨਾ ਤੇ ਪਾਇਆ ਕੰਨਾਂ 'ਚ ਨਹੀਂ ਪਾਇਆ ਕੁਝ ਵੀ, ਜਾਣੀ ਕਿ ਇਕੱਲੀ ਨੀਹਾਂ ਨੀਹਾਂ 'ਚ ਵਰਤੀ ਹੈਗੀ, ਬਾਕੀ ਸਾਰੀ ਜਿਹੜੀ ਚਣਾਈ ਲਾਈ ਹੈਗੀ ਗਾਰੇ ਦੇ ਵਿੱਚ ਲਾਈ ਹੈਗੀ, ਨਹੀਂ, ਠੀਕ ਹੈ ਜੀ, ਗਾਰੇ 'ਚ, ਗਾਰੇ 'ਚ। ਤੇ ਜਿਹੜਾ ਗਾਰੇ ਦੇ ਵਿੱਚ ਮਿੱਟੀ ਵਰਤੀ ਗਈ ਹੈਗੀ ਕਿਹੜੀ ਵਰਤੀ ਹੈ ਜੀ ਤੁਸੀਂ? ਇਹ ਵਧੀਆ ਕਾਲੀ ਪੀਲੀ ਮਿੱਟੀ। ਅੱਛਾ ਜੀ, ਕਾਲੀ ਪੀਲਕਾ ਕਹਿੰਦੇ ਆ ਆਪਾਂ, ਕਹਿਣ 'ਚ ਕਾਲੀ ਪੀਲਕਾ, ਠੀਕ ਆ। ਬਾਪੂ ਜੀ ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਮਤਲਬ ਲੋਕ ਸਿਮੈਂਟ ਦੀਆਂ ਇੱਟਾਂ ਵਰਤਦੇ ਆਗੇ ਜਾਂ ਵੱਡੇ ਵੱਡੇ ਕੰਕਰੀਟ ਦੇ, ਹਨਾ, ਬਲੌਕ ਵਰਤਦੇ ਆ, ਵੀ ਤੁਸੀਂ ਬੈਕ ਗੇਅਰ ਪਾਤਾ, ਉਹਦਾ ਕਾਰਨ ਕੀ ਸੀਗਾ? ਬੈਕ ਗੇਅਰ ਦਾ ਇਹ ਆਇਆ ਆਪੋ ਆਪਦੀ ਮੱਤ ਹੈ, ਆਪੋ ਆਪਦੀ ਪ੍ਰੋਪਰਟੀ ਦੇਖਣੀ, ਆਪਦੇ ਆਪਦੇ ਮਨ ਪਸੰਦ। ਹਾਂਜੀ, ਜਿਹੜੀ ਗਾਰੇ 'ਚ ਪਈ ਹੈ, ਹਾਂਜੀ, ਇਹਦੇ ਜੀ ਠੰਡੀ ਰਹੂ ਗਰਮੀ 'ਚ, ਠੀਕ ਹੈ ਜੀ, ਮਜ਼ਬੂਤੀ ਉਨੀ ਆ, ਮਜ਼ਬੂਤੀ ਉਨੀ ਆ। ਵੀ ਜਿਵੇਂ ਆਪਾਂ ਹੁਣ ਇਹ 'ਚ ਪਾਈਪਾਂ ਵਗੈਰਾ, ਜਿਵੇਂ ਪਲੰਬਿੰਗ ਦਾ ਕੰਮ ਕਰਾਉਣਾ ਜਾਂ ਬਿਜਲੀ ਦਾ ਕੰਮ ਕਰਾਉਣਾ ਹੈਗਾ, ਉਹਦੇ 'ਚ ਤਾਂ ਮਜ਼ਬੂਤੀ ਜਿਵੇਂ ਸੀਮਿੰਟ ਦੀ ਆਉਂਦੀ ਹੈ ਜੀ? ਉਨੀ ਹੈ, ਮਜ਼ਬੂਤੀ ਹੈ। ਅੱਛਾ ਜੀ, ਗਾਰਾ ਦੇਖਣ ਨੂੰ ਇਹਦੇ ਇੱਥੇ ਆਉਣਾ ਨਹੀਂ ਹੈ ਗਾਰੇ 'ਚ, ਠੀਕ ਹੈ ਜੀ, ਜੈਂਪ ਜਿੰਨੇ ਦਿੱਤਾ ਜੀ, ਜੈਂਪ ਨਾਲ ਇੱਟ ਲੈ ਜੀ ਜੀ, ਪ੍ਰੈਸ਼ਰ ਪੈਂਦਾ ਰਿਹਾ ਟੁੱਲੂ ਪੰਪ ਦਾ, ਠੀਕ ਹੈ ਜੀ, ਗਾਰਾ ਨਹੀਂ ਨਿਕਲਿਆ, ਕਾਰਨ ਜੀ ਉਹ ਨਾ ਨਿਕਲਦਾ, ਨਾ ਇੱਕ ਪਿਓਰ ਮਿੱਟੀ, ਠੀਕ ਹੈ ਜੀ, ਜਾਂ ਮਿੱਟੀ ਦੀ ਸਫਾਈ, ਠੀਕ, ਸਾਡੇ ਹੁੰਦੇ ਨਿਗਾਹ ਦੇ ਵਿੱਚ ਕੰਮ ਹੋਇਆ ਜਿੰਨਾ ਹੋਇਆ ਜੀ, ਸਾਨੂੰ ਇਹ ਪਤਾ ਵੀ ਜਿਹੜੀ ਨਿਓ ਕੁੱਟੀ ਹੈ, ਹਾਂਜੀ, ਗੁੜਕਾ ਪਾ ਕੇ ਵਿੱਚ ਸੀਮਿੰਟ ਬਰੇਤਾ ਰਾ ਕੇ ਜੀ, ਆਰਮੇਚਰ ਦੁਆਰਾ ਜੀ ਜੀ, ਫੁੱਟ ਫੁੱਟ ਜੀ, ਉੱਥੇ ਸਾਨੂੰ ਜ਼ਿੰਮੇਵਾਰੀ ਆ ਵੀ ਹਾਂ ਇਹ ਕੰਮ ਮਜ਼ਬੂਤ ਹੋ ਗਿਆ। ਹੁਣ ਤੱਕ ਬਾਪੂ ਜੀ ਜਿਹੜੀ ਆਪਣੀ ਕੋਠੀ ਬਣੀ ਹੈਗੀ, ਮਤਲਬ ਜਿਵੇਂ ਆਪਣਾ ਇਕੱਲਾ ਫਰਸ਼ਾਂ ਦਾ ਕੰਮ ਰਹਿ ਗਿਆ ਜਾਂ ਅੰਦਰ ਦਾ ਕੰਮ ਰਹਿ ਗਿਆ ਨਾ ਦਰਵਾਜ਼ਿਆਂ ਦਾ, ਵੀ ਹੁਣ ਤੱਕ ਲਗਭਗ ਕਿੰਨਾ ਖਰਚਾ ਗਈ ਆਪਣੀ ਕੋਠੀ ਦੇ ਵਿੱਚ? ਸਾਨੂੰ ਐਂ ਲੱਗਿਆ ਵੀ 23-24। ਅੱਛਾ ਜੀ, ਹਾਂ, ਠੀਕ ਹੈ ਜੀ। ਤੇ ਕੁੱਲ ਇਹ ਸਕੁਅਰ ਫਿੱਟ ਕਿੰਨੀ ਬਣ ਗਈ ਜੀ? ਇਹ ਬਣ ਗਈ ਜੀ ਪੂਰੀ ਆ ਜਿਹਦਾ ਹਿਸਾਬ ਹੋਇਆ ਜੀ। ਅੱਛਾ ਜੀ, 3500 ਸਕੁਅਰ ਫਿੱਟ, ਠੀਕ ਹੈ ਜੀ। ਇਹਦੀ ਲੇਬਰ ਆਈ ਦੀ 5,76,000 ਲੇਬਰ। ਅੱਛਾ, 5,76,000 ਇਹਦੀ ਲੇਬਰ। ਤੇ ਅੱਜ ਥਾਈ ਜਿਹਦਾ ਹਿਸਾਬ ਹੋਇਆ, ਠੀਕ ਹੈ ਜੀ, ਮਿਸਤਰੀ ਨੇ ਅੱਜ ਜਾਣਾ ਕਲੀਅਰ ਕੰਮ ਕਰਤਾ, ਠੀਕ ਹੈ ਜੀ, ਹਾਂਜੀ। ਤੇ ਉਦੋਂ ਬਾਅਦ ਆਪਾਂ ਗੱਲ ਕਰੀਏ ਬਾਪੂ ਜੀ, ਇੱਟ ਕਿੰਨੀ ਕੁ ਲੱਗੀ ਜੀ ਆਪਣੀ ਕੋਠੀ ਦੇ ਵਿੱਚ? ਇੱਟ ਜੀ 1,00,000 ਦੇ ਥੱਲੇ ਤਾਂ ਹੈ ਨੀ, 2,000 ਉੱਤੇ ਹੋ ਸਕਦੀ ਹੈ। ਨਿਓਆਂ ਨੇ, ਹਾਂਜੀ, ਉਹ ਭਰਤ ਕਰਕੇ ਸਾਨੂੰ ਨਿਓ ਬਹੁਤੀ ਉੱਚੀ ਚੱਕਣੀ ਪਈ। ਕਿੰਨੇ ਫੁੱਟ ਜੀ? ਫੁੱਟ ਹੋਊ ਜੀ 9 ਫੁੱਟ।
ਠੀਕ ਹੈ ਜੀ। ਥੱਲੋਂ ਨਹੀਂ ਚੋ ਚੱਕੀ ਹੈ, ਠੀਕ ਹੈ ਜੀ। ਭਰਤਪੁਰ ਤਾਂ ਛੱਡਿਆ ਨਾ, ਭਰਤ ਜੀ ਇਹਨਾਂ ਨੇ ਜ਼ਿੰਮੇਦਾਰੀ ਲੈਤੀ ਹੈ, ਠੀਕ ਹੈ ਜੀ, ਵੀ ਭਰਤ ਚੱਕ ਲੈਂਦੇ ਅਸੀਂ, ਠੀਕ ਹੈ ਠੀਕ ਹੈ ਜੀ। ਚਲੋ ਇੱਟ ਜਿਹੜੀ ਨਿਉਂਜ ਵੀ ਪਾਈ ਹੈ, ਹਾਂਜੀ, ਉਹ ਵੀ ਇੱਕ ਨੰਬਰ 'ਚ ਪਈ ਹੈ, ਠੀਕ ਹੈ ਜੀ। ਮਤਲਬ ਵੀ ਤੁਸੀਂ ਐਂ ਲਾ ਲਓ ਵੀ ਜਾਣੀ ਕਿ ਹੁਣ ਤੱਕ ਬਾਕੀ ਦੇ ਕੰਮ ਪੈਰੇ ਕੱਚਾ ਰਹਿ ਗਿਆ ਜੀ, ਪੈਰ ਪੱਕੇ ਸਮੇਂ ਧਰਿਆ, ਠੀਕ ਹੈ ਜੀ, ਇਹ ਗੱਲ ਹੈ, ਠੀਕ ਹੈ ਜੀ। ਜੇ ਹੁਣ ਆਪਾਂ ਧੜਕ ਪਾ ਦਈਏ ਵਿੱਚ, ਲੋਕ ਕਹਿੰਦੇ ਵੀ ਧੜਕ ਪਾ ਦਿਓ ਜੀ, ਸ਼ਾਸਤੀ ਹੈ, ਹਾਂਜੀ ਹਾਂਜੀ, ਜਦੋਂ ਵਜਨ ਆਈ ਜਾਂਦਾ ਭੈਣ ਜਾਂਦੀ ਹੈ, ਠੀਕ ਹੈ ਜੀ, ਕੋਠੀ ਜਿੰਪ ਲੈ ਜਾਂਦਾ ਫਿਰ, ਠੀਕ ਹੈ ਜੀ, ਇੱਕ ਜਿੰਪ ਲੈ ਗਿਆ, ਹਾਂਜੀ, ਉਹ ਜਿੰਪ ਲੋਟ ਨਹੀਂ ਆਉਂਦਾ, ਠੀਕ ਹੈ ਜੀ। ਤੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ। ਦੋਸਤੋ ਹੁਣ ਆਪਾਂ ਤੁਹਾਨੂੰ ਮਿਲਾਉਣ ਲੱਗਿਆਂਗੇ ਇਹ ਜਿਨ੍ਹਾਂ ਨੇ ਇਹ ਕੋਠੀ ਬਣਾਈ ਹੈਗੀ, ਸਾਡੇ ਨਾਲ ਮੌਜੂਦ ਨੇ ਸਾਡੇ ਵੱਡੇ ਭਰਾ ਸਾਜਿਦ ਖਾਨ ਜੀ, ਤੇ ਬਾਈ ਜੀ ਸਵਾਗਤ ਕਰਦੇ ਹਾਂ ਅੱਜ ਦੀ ਇਹ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਵੀਰੇ ਠੀਕ ਠਾਕ ਹੋ? ਠੀਕ ਠਾਕ ਵੀਰੇ। ਪਹਿਲਾਂ ਤਾਂ ਬਹੁਤ ਸੋਹਣੀ ਕੋਠੀ ਬਣਾਈ ਆ ਤੁਸੀਂ ਜੀ, ਤੇ ਭਰਾ ਆਪਾਂ ਪਹਿਲਾ ਸਵਾਲ ਆਪਣਾ ਇਹ ਰਹੂਗਾ ਵੀ ਜਿਵੇਂ ਬਾਪੂ ਹੋਣਾ ਨੇ ਫੈਸਲਾ ਲਿਆ ਸੀਗਾ ਵੀ ਗਾਰੇ ਦੇ ਵਿੱਚ ਆਪਾਂ ਸਾਰੀ ਚਣਾਈ ਕਰਨੀ ਨੇ ਹੁਣ ਛੱਡ ਕੇ, ਹਨਾ ਜੀ, ਤੇ ਉਹ ਵੀਰੇ ਕਿਵੇਂ ਫੈਸਲੇ ਹੋਣ, ਤੁਸੀਂ ਕਿਵੇਂ ਦੇਖਦੇ ਵੀ ਕਾਮਯਾਬ ਆ ਜਾਂ ਨਹੀਂ ਕਾਮਯਾਬ? ਕਾਮਯਾਬ ਵੀਰ। ਅੱਛਾ ਵੀਰੇ, ਹਾਂਜੀ, ਤੇ ਜਿਹੜੀ ਤੁਸੀਂ ਕੋਠੀ ਬਣਾਈ ਆ ਇਹ ਪਹਿਲੀ ਕੋਠੀ ਹੈਗੀ ਗਾਰੇ ਦੇ ਵਿੱਚ ਬਣਾਈ ਜਾਂ ਪਹਿਲਾਂ ਵੀ ਤੁਸੀਂ ਬਣਾਈ? ਬਹੁਤ ਬਣਾ ਦੇ ਵੀਰ ਜੀ ਮੈਨੇ। ਅੱਛਾ, ਬਹੁਤ ਜ਼ਿਆਦਾ ਬਣਾ ਦੇ ਜੀ ਮੈਨੇ। ਅੱਛਾ, ਤਕਰੀਬਨ ਕਿੰਨਾ ਕੁ ਟਾਈਮ ਹੋ ਗਿਆ ਬਣਾਉਂਦਿਆਂ ਨੂੰ? ਤਕਰੀਬਨ ਮੈਨੂੰ ਨਹੀਂ ਕਰਦੇ 15-16 ਸਾਲ ਹੋ ਗਏ ਜੀ। ਅੱਛਾ ਵੀਰੇ, ਗਾਰੇ 'ਚ ਬਣਾਉਂਦੇ ਨੇ, ਠੀਕ ਆ। ਤੇ ਬਾਈ ਫਿਰ ਕਿਵੇਂ ਕਾਮਯਾਬ ਆ ਕੰਮ? ਪੂਰਾ ਫੁੱਲ ਕਾਮਯਾਬ ਹੋ ਗਿਆ, ਹਾਂਜੀ। ਤੇ ਤਕਰੀਬਨ ਬਾਈ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਆਪਾਂ ਗਾਰੇ ਦੇ ਵਿੱਚ ਚਣਾਈ ਕਰਦੇ ਆ ਤਾਂ ਮਾਲਕ ਦੀ ਕਿੰਨੀ ਕੁ ਬਚਤ ਹੋ ਜਾਂਦੀ ਹੈ ਪੈਸਿਆਂ ਵਿੱਚ? 2-2.5 ਲੱਖ ਰੁਪਏ ਦੀ ਬਚਤ ਹੋ ਜਾਂਦੀ ਹੈ ਜੀ। ਅੱਛਾ ਵੀਰੇ, ਹਾਂਜੀ, ਕੀ ਬਾਤ ਹੈ ਯਾਰ, ਬਹੁਤ ਮੋਟੀ ਬਚਤ ਹੋ ਜਾਂਦੀ ਹੈ ਭਰਾ। ਤੇ ਪਲਸਤਰ ਫਿਰ ਸਾਰੇ ਦਾ ਸਾਰਾ ਜਿਵੇਂ ਤੁਸੀਂ ਚਣਾਈ ਤੋਂ ਬਾਅਦ ਪਲਸਤਰ ਕੀਤਾਗਾ ਜੀ, ਕੋਈ ਇਹਦੇ 'ਚ ਐਂ ਤਾਂ ਨਹੀਂ ਹੈਗਾ ਵੀ ਕਿਸੇ ਕਿਸਮ ਦੀ ਪਲਸਤਰ ਦੀ ਸਫਾਈ ਉਨੀ ਨਾ ਆਉਂਦੀ ਹੋਵੇ ਕਿਉਂਕਿ ਆਪਾਂ ਨੇ ਚਣਾਈ ਗਾਰੇ 'ਚ ਕੀਤੀ ਆ, ਉਦਾਂ ਦਾ ਕੋਈ ਇਹ 'ਚ ਪ੍ਰੋਬਲਮ ਨਾ ਜੀ? ਸੈਨਿਕ ਦੂਈ ਵੱਧ ਆਉਂਦੀ ਹੈ ਸੀਮਿਟ। ਅੱਛਾ ਵੀਰੇ, ਹਾਂਜੀ। ਤੇ ਗਾਰੇ ਦੇ ਵੀਰੇ ਕੀ ਫਾਇਦੇ ਨੇ? ਗਾਰੇ ਦੇ ਬਹੁਤ ਫਾਇਦੇ ਨੇ ਵੀ, ਜਿਹੜਾ ਠੰਡੀ ਰਹਿੰਦੀ ਹੈ। ਅੱਛਾ ਵੀਰੇ, ਹਾਂਜੀ, ਸਿਆਲਾਂ ਦੇ ਵਿੱਚ ਨਿੱਗੀ ਰਹਿੰਦੀ ਹੈ, ਠੀਕ ਆ ਭਰਾ, ਗਰਮੀਆਂ ਦੇ ਵਿੱਚ ਠੰਡੀ ਰਹਿੰਦੀ ਹੈ। ਮਤਲਬ ਥੋੜੇ ਹਿਸਾਬ ਦੇ ਨਾਲ ਵੀ ਜੇ ਕਿਸੇ ਨੇ ਗਾਰੇ 'ਚ ਬਣਾਉਣੀ ਉਹ ਬਣਾ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਹਾਂਜੀ, ਤੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਭਰਾ, ਇੱਕ ਤਾਂ ਆਪਣਾ ਇਧਰੋਂ ਸਾਈਡ ਤੋਂ ਆ ਗਿਆ ਜੀ, ਇੱਕ ਉਧਰੋਂ ਫਰੰਟ ਤੋਂ ਆ ਗਿਆ, ਉਧਰ ਦੋਨੇ ਪਾਸੇ, ਦੋਨੋਂ ਪਾਸੇ ਦਾ ਡਿਜ਼ਾਈਨ ਦੇਦਾ, ਹਨਾ ਜੀ। ਤੇ ਭਰਾ ਕਿੰਨੀ ਕੁ ਮਿਹਨਤ ਆ ਗਈ ਤੁਹਾਨੂੰ ਫਿਰ ਬਣਾਉਣ ਦੇ ਵਿੱਚ? ਮਿਹਨਤ ਤਾਂ ਬਹੁਤ ਆ ਗਈ ਜੀ ਹੁਣ। ਅੱਛਾ, ਸਫਾਈ ਬਹੁਤ ਵਧੀਆ ਯਾਰ ਤੁਹਾਡੇ ਕੰਮ ਦੀ ਜੀ। ਤੇ ਇਹ ਨਕਸ਼ਾ ਵੀਰੇ ਕਿੱਥੋਂ ਬਣਵਾਇਆ ਸੀਗਾ ਫਿਰ? ਜੀ ਆਪਾਂ ਨੇ ਬਰੇਕ ਕੋਲੇ ਬਣਵਾਇਆ ਸੀ, ਮੇਰੇ ਪਿੰਡ ਦੇ ਨਕਸ਼ਾ ਦਾ ਮਾਲਕ। ਅੱਛਾ, ਪੂਰਾ ਨਾਮ ਕੀ ਹੈ ਜੀ ਉਹਨਾਂ ਦਾ? ਸਲੀਮ ਮਲਿਕ ਜੀ, ਉਹਨਾਂ ਤੋਂ ਨਕਸ਼ਾ ਬਣਵਾਇਆ ਜੀ, ਠੀਕ ਹੈ ਵੀਰੇ। ਤੇ ਬਾਕੀ ਆਪਾਂ ਹੁਣ ਤੁਹਾਨੂੰ ਅੰਦਰੋਂ ਸਾਰੀ ਕੋਠੀ ਦਿਖਾਉਣੇ ਆਗੇ ਵੀ ਅੰਦਰੋਂ ਕਿੱਦਾਂ ਦੀ ਬਣੀ ਹੋਈ ਹੈਗੀ, ਤੇ ਆਓ ਆਪਾਂ ਸਟਾਰਟ ਕਰਦੇ ਹਾਂ ਵੀਡੀਓ। ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਜਿਹੜਾ ਡਿਜ਼ਾਈਨ ਹੈਗਾ ਕਲਾਸਿਕ ਬਣਿਆ ਹੋਇਆ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ। ਤੇ ਇਹ ਆ ਗਈ ਆਪਣੀ ਇਹ ਕੋਠੀ ਦੀ ਮੇਨ ਵੈਲਕਮ ਐਂਟਰੀ, ਤੇ ਜਿਹੜੀਆਂ ਚਗਾਠਾਂ ਨੇ ਇਹ ਸਾਰੀਆਂ ਲੱਗੀਆਂ ਹੋਈਆਂ ਨੇ ਜਿਸਤ ਦੀਆਂ ਚਗਾਠਾਂ, ਠੀਕ ਹੈ ਜੀ। ਇੱਥੇ 10 ਇੰਚੀ ਆਪਣੇ ਪੱਲੇ ਲੱਗ ਜਾਣਗੇ ਤੇ ਪੱਲਿਆਂ ਦਾ ਕੰਮ ਮੈਂ ਕਰ ਰਿਹਾ ਲਾਈਫ ਟਾਈਮ ਦੀ ਗਰੰਟੀ ਦੇ ਨਾਲ। ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਲੌਬੀ ਦੇ ਵਿੱਚ, ਤੇ ਤੁਸੀਂ ਦੇਖ ਸਕਦੇ ਹੋ ਲੌਬੀ ਦੇ ਵਿੱਚ ਦਾਖਲ ਹੋਣ ਸਾਰ ਖੱਬੇ ਹੱਥ ਆਪਣੀ ਆ ਜਾਂਦੀ ਹੈ ਕਿਚਨ। ਕਿਚਨ ਦੇ ਵਿੱਚ ਆਪਾਂ ਨੂੰ 2 ਵਿੰਡੋ ਵੇਖਣ ਨੂੰ ਮਿਲ ਜਾਂਦੇ, ਇੱਥੋਂ ਜਾਣੀ ਕਿ ਤੁਸੀਂ ਬਾਹਰਲੇ ਪਾਸੇ ਵੀ ਨਿਗਾਹ ਰੱਖ ਸਕਦੇ ਹੋ ਤੇ ਇਧਰਲੇ ਪਾਸਿਓਂ ਤੁਸੀਂ ਦੂਜੇ ਪਾਸੇ ਜਿਹੜਾ ਆਪਣੇ ਕੋਠੀ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਉਧਰ ਵੀ ਨਿਗਾਹ ਰੱਖ ਸਕਦੇ ਹੋ। ਇੱਕ ਤਾਂ ਐਂਟਰੀ ਇਸ ਪਾਸਿਓਂ ਹੋਗੀ ਤੇ ਦੂਜੀ ਐਂਟਰੀ ਇੱਥੋਂ ਹੋਗੀ, ਤੇ ਬਿਲਕੁਲ ਜਦੋਂ ਆਪਾਂ ਮੇਨ ਗੇਟ ਤੋਂ ਅੰਦਰ ਨੂੰ ਦਾਖਲ ਹੁੰਦੇ ਹਾਂਗੇ ਤੇ ਆਪਣੇ ਰਾਈਟ ਹੈਂਡ ਆਪਣਾ ਡਰਾਇੰਗ ਰੂਮ ਆ ਜਾਂਦਾ ਹੈਗਾ। ਮਤਲਬ ਜੇ ਕੋਈ ਆਪਣਾ ਭੈਣ ਭਰਾ ਆਉਂਦਾ ਹੈਗਾ ਤਾਂ ਇਧਰਲੇ ਪਾਸਿਓਂ ਵੀ, ਹਨਾ, ਜਿਹੜਾ ਦੂਜਾ ਡਿਜ਼ਾਈਨ ਰੱਖਿਆ ਕੋਠੀ ਦਾ ਇੱਥੋਂ ਦੀ ਵੀ ਦਾਖਲ ਹੋ ਕੇ ਤੇ ਡਰਾਇੰਗ ਰੂਮ ਆ ਗਿਆ। ਤੁਸੀਂ ਇੱਥੋਂ ਹੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਇੰਜੋਏ ਕਰਕੇ ਗੱਲਬਾਤ ਕਰਕੇ ਤੁਸੀਂ ਇੱਥੋਂ ਹੀ, ਹਨਾ, ਵੀ ਉਹਨਾਂ ਨੂੰ ਵਾਪਸ ਇਸ ਰਸਤੇ ਰਾਹੀਂ ਭੇਜ ਸਕਦੇ ਹੋਗੇ। ਤੇ ਟੋਟਲ ਥੱਲੇ 2 ਬੈਡਰੂਮ ਨੇਗੇ ਤੇ ਆਹ ਕਿਚਨ ਦਾ ਏਰੀਆ ਗਾ, ਲੌਬੀ ਦਾ ਏਰੀਆ ਪੂਰਾ ਖੁੱਲਾ ਗਾ ਤੇ ਕਿਚਨ ਦੇ ਨਾਲ ਹੀ ਆਪਣਾ ਮੇਨ ਸਟੋਰ ਰੂਮ ਆ ਜਾਂਦਾ ਗਾ। ਤੇ ਸਟੋਰ ਰੂਮ ਵੀ ਬਹੁਤ ਜ਼ਿਆਦਾ ਖੁੱਲਾ ਗਾ ਕਿਉਂਕਿ ਆਪਣੇ ਜੱਟਾਂ ਦੇ ਘਰਾਂ ਦੇ ਵਿੱਚ ਸਟੋਰ ਰੂਮ ਤੋਂ ਬਿਨਾਂ ਗੱਲ ਬਣਦੀ ਨਹੀਂ ਹੈਗੀ। ਤੇ ਇਸ ਏਰੀਏ ਨੂੰ ਤੁਸੀਂ ਡਾਇਨਿੰਗ ਏਰੀਆ ਵਜੋਂ ਵੀ ਯੂਜ਼ ਕਰ ਸਕਦੇ ਹੋਗੇ ਤੇ ਸਾਰੇ ਸਾਰੀ ਓਪਨ ਹੀ ਕਿਚਨ ਆ ਗਈ ਤੇ ਇਹਦਾ ਕੰਮ ਬਾਅਦ 'ਚੋਂ ਹੋਣਾ ਗਾ, ਹਾਲੇ ਪੈਂਡਿੰਗ ਆ। ਤੇ ਬਿਲਕੁਲ ਸਾਹਮਣੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਤੁਹਾਨੂੰ ਮਾਸਟਰ ਬੈਡਰੂਮ ਵੇਖਣ ਨੂੰ ਮਿਲ ਜਾਏਗਾ ਤੇ ਇੱਥੇ ਹਾਲੇ ਇੰਟੀਰੀਅਰ ਦਾ ਕੰਮ ਬਾਕੀ ਆਗਾ
ਤੇ ਗੱਲ ਕਰੀਏ ਫਰਸ਼ਾਂ ਦਾ ਕੰਮ ਬਾਕੀ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਵੱਡੀ ਵਿੰਡੋ ਵੈਂਟੀਲੇਸ਼ਨ ਦੇ ਲਈ ਦੇਖਣ ਨੂੰ ਮਿਲੂਗੀ, ਨੈਚੁਰਲ ਲਾਈਟ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਇਹਦੇ ਨਾਲ ਇੱਕ ਆਪਣਾ ਬਾਥਰੂਮ ਅਟੈਚ ਰੱਖਿਆ ਹੋਇਆ ਗਾ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਆਪਣਾ ਇੱਕ ਹੋਰ ਬੈਡਰੂਮ ਮਿਲ ਜਾਂਦਾ ਗਾ ਤੇ ਇੱਥੇ ਵੀ ਇੱਕ ਵਿੰਡੋ ਦਿੱਤੀ ਹੋਈ ਹੈਗੀ। ਮਤਲਬ ਤੁਸੀਂ ਸੜਕ ਦੇ ਪਾਸ ਜਿਵੇਂ ਕਿ ਸੜਕ ਦੇ ਸੜਕ ਤੋਂ ਕੋਈ ਲੰਘਦਾ ਕਰਦਾ ਗਾ ਤੁਸੀਂ ਇੱਥੋਂ ਵੀ ਨਿਗਾਹ ਰੱਖ ਸਕਦੇ ਹੋ ਤੇ ਹਵਾ ਦੀ ਕ੍ਰੋਸਿੰਗ ਦੇ ਲਈ ਇੱਕ ਜਾਲੀ ਵਾਲਾ ਪੱਲਾ ਗਾ ਤੇ ਬਾਕੀ ਫਿਕਸ ਹਿੱਸਾ ਹੋ ਜੂਗਾ ਤੇ ਨਾਲ ਹੀ ਬਿਲਕੁਲ ਇਹਦੇ ਆ ਜਾਂਦੀਆਂ ਨੇ ਸਟੇਅਰ ਆ ਜਾਂਦੀਆਂ ਨੇ ਤੇ ਸਟੇਅਰ ਦਾ ਜਿਹੜਾ ਆਪਣਾ ਸਟੈਪ ਹੈਗਾ ਘੱਟੋ ਘੱਟ 6 ਇੰਚ ਦੇ ਉੱਤੇ ਰੱਖਿਆ ਹੋਇਆ ਤੇ ਬਿਲਕੁਲ ਨਾਲ ਹੀ ਤੁਹਾਨੂੰ ਜਿਹੜੀ ਗਲਾਈ ਹੈਗੀ ਹੈਗੀ ਡਿਜ਼ਾਈਨ ਦੀ ਬਾਹਰਲੇ ਪਾਸੇ ਵਾਲੀ ਉਹ ਅੰਦਰਲੇ ਪਾਸੋਂ ਵੀ ਤੁਹਾਨੂੰ ਵੇਖਣ ਨੂੰ ਮਿਲ ਜੂਗੀ ਤੇ ਆਜੋ ਤੁਹਾਨੂੰ ਹੁਣ ਉੱਪਰਲਾ ਪੋਰਸ਼ਨ ਵੀ ਆਪਾਂ ਦਿਖਾਉਣੇ ਹੈਗੀ ਤੇ ਲਗਭਗ 10-12 ਲੱਖ ਰੁਪਏ ਦੇ ਵਿੱਚ ਇਹ ਸਾਰੀ ਸਾਰੀ ਕੋਠੀ ਬਣ ਕੇ ਤਿਆਰ ਹੋ ਜੂਗੀ। ਤੇ ਬਾਈ ਜੀ ਜਿਹੜਾ ਇਹ ਉੱਪਰਲਾ ਪੋਰਸ਼ਨ ਹੈਗਾ ਇਹ ਸਾਰਾ ਸਾਰਾ ਤਕਰੀਬਨ ਓਪਨ ਹੀ ਰੱਖਿਆ ਹੋਇਆ ਹੈਗਾ ਤੇ ਉੱਪਰ ਗੱਲ ਕਰੀਏ ਸਿਰਫ ਇੱਕੋ ਬੈਡਰੂਮ ਹੈਗਾ ਉਹ ਆਪਣਾ ਇਧਰਲੇ ਪਾਸੇ ਆ ਗਿਆ ਜੀ ਤੇ ਇਹ ਆਪਣਾ ਸਾਰਾ ਸਾਰਾ ਜਿਵੇਂ ਕਹਿ ਦਈਏ ਬਰਾਂਡਾ ਸੱਤਿਆ ਹੋਇਆ ਹੈਗਾ ਤੇ ਇੱਧਰ ਆਪਣਾ ਪੂਜਾ ਰੂਮ ਆ ਗਿਆ ਜੀ। ਕਿਆ ਤੁਸੀਂ ਦੇਖ ਸਕਦੇ ਹੋ ਆਹ ਸਾਰੀਆਂ ਗਲਾਈਆਂ ਤੇ ਇੱਥੇ ਖੜ ਕੇ ਤੁਸੀਂ ਪੂਰੇ ਪਿੰਡ ਤੇ ਨਿਗਾਹ ਮਾਰ ਸਕਦੇ ਹੋ। ਆਹ ਆਪਣਾ ਮੇਨ ਰੋਡ ਆ ਗਿਆ ਜੀ ਤੇ ਇੱਥੋਂ ਇੱਧਰ ਨੂੰ ਵੀ ਡਿਜ਼ਾਈਨ ਬਣਿਆ ਹੋਇਆ ਕੋਠੀ ਦਾ ਤੇ ਉਧਰਲੀ ਸਾਈਡ ਤੋਂ ਇੱਧਰ ਵੀ ਬਣਿਆ ਹੋਇਆ ਹੈਗਾ ਵੀ ਮਤਲਬ ਜਿੰਨਾ ਵੀ ਕੰਮ ਹੋਇਆ ਹੋਏਗਾ ਸਾਰਾ ਤਸੱਲੀ ਵਾਲਾ ਤੇ ਪੂਰਾ ਸੋਹਣਾ ਹੋਇਆ ਹੋਏਗਾ। ਜੇਕਰ ਤੁਹਾਨੂੰ ਇਹ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ। ਧੰਨਵਾਦ ਜੀ।